ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੇਰਾ ਨਾਮ ਜਤਿੰਦਰ ਸਿੰਘ ਕੇਹੜਾ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਭਾਰਤ ਪੋਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਤਖਤ ਪੋਛ ਤੇ ਸੌਆ ਸਿਹਤ ਖਰਾਬ ਹੋਣ ਤੇ ਮੰਗਵਾ ਕੇ ਦਿੱਤੀਆਂ ਦਵਾਈਆਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਸਰਕਾਰੀ ਨੌਕਰੀਆਂ ਨਾਂ ਦਿੱਤੇ ਜਾਣ ਤੇ ਪੰਜਾਬ ਸਰਕਾਰ ਵਿਰੁੱਧ ਆਵਾਜ਼ ਕੀਤੀ ਬੁਲੰਦ ਭਾਰਤ ਪੋਸ਼ਣ ਆਸ਼ੂ ਦੇ ਹੱਕ ਦੇ ਵਿੱਚ ਡਟੇ ਪੰਜਾਬ ਕਾਂਗਰਸੀ ਯੂਕਰੇਨ ਉੱਤੇ 1 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ ਅਮਰੀਕਾ ਹਾਈਕਿੰਗ ਦੌਰਾਨ ਲਾਪਤਾ ਹੋਈ ਭਾਰਤੀ ਮੂਲ ਦੀ ਔਰਤ ਦੀ ਮਿਲੀ ਲਾਸ਼ ਚੂਟੋ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਕੁਮਾਰ ਮੰਡੀ ਇਲਾਕੇ ਤੋਂ ਸੋਮਵਾਰ ਨੂੰ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੋ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਜਸਤੋ ਬਾਅਦ ਉਹਨਾਂ ਨੂੰ ਵਿਜੀਲੈਂਸ ਬਿਊਰੋ ਦੇ ਦਫ਼ਤਰ ਚਲੇ ਜਾਇਆ ਗਿਆ ਪਤਾ ਲੱਗਾ ਹੈ ਕਿ ਭਾਰਤ ਪੋਸ਼ਣਾਸ਼ੂ ਨੂੰ ਵਿਭਾਗ ਨੇ ਸੌਣ ਦੇ ਲਈ ਤਖਤ ਪੋਛ ਦਿੱਤਾ ਸੀ ਜਿੱਥੇ ਉਹਨਾਂ ਦੀ ਸਾਰੀ ਰਾਤ ਕਾਫੀ ਮੁਸ਼ਕਲ ਦੇ ਨਾਲ ਲੰਘੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਰੇਸ਼ਾਨੀ ਦੇ ਕਾਰਨ ਆਸ਼ੂ ਰਾਤ ਪਰ ਸੌ ਨਹੀਂ ਸਕੇ ਸਗੋਂ ਪਾਸੇ ਹੀ ਮਾਰਦੇ ਰਹੇ ਜਦੋਂ ਉਹਨਾਂ ਨੂੰ ਖਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੋਮਵਾਰ ਦਾ ਵਰਤ ਹੈ ਇਸ ਲਈ ਉਹ ਕੁਝ ਨਹੀਂ ਖਾਣਗੇ ਮੰਗਲਵਾਰ ਦੀ ਸਵੇਰ ਸਿਰਫ ਉਹਨਾਂ ਦੇ ਕਾਉਂਸਲਰ ਪ੍ਰਾ ਨਰਿੰਦਰ ਕਾਲਾ ਨੂੰ ਹੀ ਮਿਲਣ ਦਿੱਤਾ ਗਿਆ ਸੀ ਸਵੇਰੇ ਹੀ ਆਸ਼ੂ ਨੇ ਚਾਹ ਦੇ ਨਾਲ ਕੁਝ ਨਾਸ਼ਤਾ ਕੀਤਾ ਸੀ ਪਰ ਬਾਅਦ ਦੁਪਹਿਰ ਅਦਾਲਤ ਚ ਪੇਸ਼ ਕਰਨ ਸਮੇਂ ਤੱਕ ਆਸ਼ੂ ਨੇ ਕੁਝ ਵੀ ਨਹੀਂ ਖਾਦਾ ਸੀ ਸਾਰਾ ਦਿਨ ਵਿਜੀਲੈਂਸ ਅਧਿਕਾਰੀ ਤੇਲੂਰਾਮ ਅਤੇ ਆਸ਼ੂ ਤੋਂ ਪੁੱਛਗਿੱਛ ਕਰਦੇ ਰਹੇ ਐਸਐਸਪੀ ਵਿਜੀਲੈਂਸ ਸਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਸ਼ੂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਵੀਪੀਏ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਸਹੂਲਤ ਲਈ ਬਾਰੋਂ ਕੋਈ ਿਸਮਾਨ ਨਹੀਂ ਮੰਗਵਾਇਆ ਗਿਆ ਜਿਵੇਂ ਵਾਕੀ ਫੜੇ ਮੁਲਜ਼ਮਾਂ ਨੂੰ ਸੌਣ ਦੀ ਜਗ੍ਹਾ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਆਸ਼ੂ ਨੂੰ ਦਿੱਤੀ ਗਈ ਸੰਧੂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਆਸ਼ੂ ਨੇ ਸੋਮਵਾਰ ਦੇ ਵਰਤ ਹੋਣ ਕਾਰਨ ਆਪ ਕੁਝ ਨਹੀਂ ਖਾਦਾ ਸੀ ਅਤੇ ਦਿੱਤੇ ਜਾਣ ਤੇ ਤੇ ਵੀ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਭਾਰਤੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਨੇ ਵੀ ਅੱਜ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ ਸਰਕਾਰੀ ਨੌਕਰੀਆਂ ਨਾ ਦਿੱਤੇ ਜਾਣ ਦੇ ਦੋਸ਼ ਲਾਏ ਨੇ ਬੀਤੇ ਸਾਲ 올림픽 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ ਹਾਰਦਿਕ ਸਿੰਘ ਹਰਮਨਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਨੇ ਆਵਾਜ਼ ਬੁਲੰਦ ਕਰਦਿਆਂ ਪ੍ਰੈਸ ਕਲੱਬ ਦੇ ਵਿੱਚ ਕਿਹਾ ਕਿ ਦੇਸ਼ ਨੂੰ 올림픽 ਤਗਮਾ ਦੇ ਵਾਉਣ ਵਾਲੀ ਟੀਮ ਦਾ ਹਿੱਸਾ ਹੋਣ ਤੇ ਵੀ ਉਹ ਆਪਣੀ ਕਿਸਮਤ ਨੂੰ ਬਦਲ ਨਹੀਂ ਸਕੇ। ਉਨ੍ਹਾਂ ਕਿਹਾ ਕਿ 올림픽 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਪਿਛਲੀ ਸਰਕਾਰ ਨੇ ਨੌਕਰੀ ਦੇਣ ਦੀ ਗੱਲ ਕਹੀ ਸੀ ਅਤੇ ਸਰਕਾਰ ਨੇ ਆਫਰ ਲੈਟਰ ਤੱਕ ਜਾਰੀ ਕਰ ਦਿੱਤੇ ਸਨ ਪਰ ਅਜੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਉਕਤ ਖਿਡਾਰੀਆਂ ਨੇ ਆਪ ਸਰਕਾਰ ਨੂੰ ਨੌਕਰੀ ਦੇ ਨਾਲ ਸਬੰਧਤ ਚਿੱਠੀ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਕਤ ਖਿਡਾਰੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਤੋਂ ਆਫਰ ਲੈਟਰ ਮਿਲਣ ਤੋਂ ਬਾਅਦ ਉਹਨਾ ਆਪਣਾ ਮੈਡੀਕਲ ਤੱਕ ਕਰਵਾ ਰਿਹਾ ਸੀ ਪਰ ਅਜੇ ਤੱਕ ਉਹ ਨੌਕਰੀ ਤੋਂ ਵਾਂਝੇ ਨੇ। ਉਨਾ ਕਹਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਪੀਪੀਐਸ ਅਹੁਦੇ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਹੁਣ ਸੱਤਾ ਦੇ ਵਿੱਚ ਆਈ ਪੰਜਾਬ ਸਰਕਾਰ ਯਾਨੀ ਕਿ ਆਪ ਨੇ ਪੂਰਾ ਨਹੀਂ ਕੀਤਾ ਖਿਡਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਨੇ ਵੱਖ ਨਵੇਂ ਵੱਖ ਮੁੱਖ ਮੰਤਰੀ ਅਤੇ ਖੇਡ ਮੰਤਰੀ ਮੰਡਲ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਸਰਕਾਰ ਨੇ ਉਹਨਾਂ ਦੇ ਲਈ ਕੁਝ ਨਹੀਂ ਕੀਤਾ ਲੁਧਿਆਣਾ ਦੇ ਵਿਜੀਲੈਂਸ ਦਫ਼ਤਰ ਬਾਹਰ ਦੋ ਦਿਨਾਂ ਤੋਂ ਕਾਂਗਰਸੀ ਸਰਗਰਮ ਨੇ ਟੈਂਡਰ ਘਟਾਲੇ ਦੇ ਵਿੱਚ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸ ਦੇ ਵੱਡੇ ਆਗੂਆਂ ਦਾ ਪਹੁੰਚਣਾ ਜਾਰੀ ਹੈ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋਮਵਾਰ ਰਾਤ ਨੂੰ ਪਹੁੰਚੇ ਦੂਜੇ ਦਿਨ ਵਿਰੋਧੀ ਧਿਰ ਦੇ ਆਗੂ ਗੁਰਪਰਤ ਪ੍ਰਤਾਪ ਸਿੰਘ ਬਾਜਵਾ ਅਮਰੀਕ ਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਕੁਲਜੀਤ ਸਿੰਘ ਨਾਗਰਾ ਸਣੇ ਹੋਰ ਕਈ ਵੱਡੇ ਆਗੂ ਪੁੱਜੇ ਇਸ ਦੌਰਾਨ ਸਾਰੇ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਭਾਰਤ ਪੂਸ਼ਣ ਆਸ਼ੂ ਦੇ ਨਾਲ ਡਟ ਕੇ ਖੜੀ ਹੈ ਉਹ ਜਲਦ ਹੀ ਬਰੀ ਹੋ ਜਾਣਗੇ ਵਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਦਾਲਤ ਚ ਪੁੱਜੇ ਅਤੇ ਉਹਨਾਂ ਨਾਲ ਲੋਕ ਸਭਾ ਮੈਂਬਰ ਅਵਨੀਤ ਸਿੰਘ ਬਿੱਟੂ ਵੀ ਸਨ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਪੰਜਾਬ ਕਾਂਗਰਸ ਪੰਜਾਬ ਸਰਕਾਰ ਬਦਲਾਖੋਰੀ ਤਹਿਤ ਕੰਮ ਕਰ ਰਹੀ ਹੈ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਆਸ਼ੂ ਨੂੰ ਗਲਤ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਗਿਆ ਮੇਰ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਨੇ ਵੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਦੱਸਿਆ ਇਸ ਤੋਂ ਇਲਾਵਾ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੋਨੀ ਗਾਲਬ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਬੋਪਰਾਏ ਅੰਗਰ ਸਿੰਘ ਸੈਣੀ ਤੇ ਹੋਰ ਵੀ ਉਗਿਆਗੂ ਮੌਜੂਦ ਰਹੇ ਅਮਰੀਕਾ ਯੂਕਰੇਨ ਦੇ ਸੁਰੱਖਿਆ ਬਲਾਂ ਨੂੰ ਸਿਖਲਾਈ ਦੇ ਹਥਿਆਰ ਮੁਹਿੰਆ ਕਰਵਾਉਣ ਦੇ ਲਈ 3 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕਰਨ ਵਾਲਾ ਹੈ ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਐਸੋਸੀਏਟ ਪ੍ਰੈਸ ਨੂੰ ਦੱਸਿਆ ਕਿ ਬੁੱਧਵਾਰ ਨੂੰ ਇਸ ਪਰ ਪੈਕੇਜ ਦੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਯੂਕਰੇਨ ਤੇ ਰੂਸ ਦੇ ਹਮਲੇ ਨੂੰ 6 ਮਹੀਨੇ ਬੀਤ ਚੁੱਕੇ ਨੇ ਅਤੇ ਯੂਕਰੇਨ ਯੁੱਧ ਦੌਰਾਨ ਆਪਣਾ ਪਹਿਲਾ ਸੁਤੰਤਰਤਾ ਦਿਵਸ ਮਨਾਉਣ ਵਾਲਾ ਹੈ ਅਧਿਕਾਰੀਆਂ ਨੇ ਕਿਹਾ ਕਿ ਇਸ ਰਾਸ਼ੀ ਦੇ ਨਾਲ ਡਰੋਨ ਹਥਿਆਰ ਅਤੇ ਹੋਰ ਉਪਕਰਣ ਖਰੀਦੇ ਜਾਣਗੇ ਅਧਿਕਾਰੀਆਂ ਮੁਤਾਬਕ ਨਵੇਂ ਪੈਕੇਜ ਦਾ ਉਦੇਸ਼ ਯੂਕਰੇਨ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਦੇ ਮੱਦੇ ਨਜ਼ਰ ਰੱਖਿਆ ਉਪਕਰਨ ਮੁਹੱਈਆ ਕਰਵਾਉਣਾ ਹੈ ਅਮਰੀਕਾ ਤੋਂ ਇੱਕ ਦੁਖਦਾਇਕ ਖਬਰ ਆਈ ਹੈ ਇੱਥੇ ਜਿਊ ਨੈਸ਼ਨਲ ਪਾਰਕ ਦੇ ਨੇ ਬੀਤੀ ਦਿਨੀ ਬੰਗਲਵਾਰ 23 ਅਗਸਤ ਨੂੰ ਪੁਸ਼ਟੀ ਕੀਤੀ ਕਿ ਜੈਟ ਲਗਨੀ ਹੋਤਰੀ 29 ਸਾਲਾ ਨਾਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਪਾਰਕ ਦੇ ਕੋਟ ਆਫ ਦਾ ਪੈਟਰੀਆਰਕਸ ਨੇੜੇ ਵਰਜਨ ਦੀ ਨਦੀ ਦੇ ਵਿੱਚ ਪਈ ਹੈ ਜੋ ਪਿਛਲੀ ਦਿਨੀ 19 ਅਗਸਤ ਨੂੰ ਉਟਾਹ ਰਾਜ ਵਿੱਚ ਹਾਈਕਿੰਗ ਦੌਰਾਨ ਲਾਪਤਾ ਹੋ ਗਈ ਸੀ ਅਗਨੀ ਹੋਤਰੀ ਅਰੀਜ਼ੋਨਾ ਦੀ ਰਹਿਣ ਵਾਲੀ ਸੀ ਮਾਰੀ ਗਈ ਭਾਰਤੀ ਮੂਲ ਦੀ ਇਹ ਮਹਿਲਾ ਅਰੀਜ਼ੋਨਾ ਹਾਈਡਰੋਲੋਜੀ ਅਤੇ ਯੂਆਈਯੂ ਮੰਡਲ ਵਿਗਿਆਨ ਦੀ ਅਗਨੀ ਹੋਤਰੀ ਸਕੂਲ ਦੇ ਵਿੱਚ ਇੱਕ ਗ੍ਰੈਜੂਏਟ ਵਿਦਿਆਰਥਣ ਸੀ ਜੇਟ ਅਗਨੀ ਹੋਤਰੀ ਦੀਪਾਲ ਦੇ ਵਿੱਚ ਕਰੀਬ 200 ਲੋਕਾਂ ਨੇ ਮਦਦ ਕੀਤੀ ਮ੍ਰਿਤਕ ਅਗਨੀ ਹੋਤਰੀ ਅਰੀਜ਼ੋਨਾ ਨੇੜੇ ਦੱਖਣੀ ਉਟਾਵ ਵਿੱਚ ਜਿੱਥੇ ਯਾਤਰੀ ਸ਼ਾਨਦਾਰ ਲਾਲ ਚਟਾਨ ਅਤੇ ਤੰਗ ਕਾਟੀਆਂ ਲਈ ਜਾਣੇ ਜਾਂਦੇ ਪਾਰਕ ਦੇ ਪ੍ਰਸਿੱਧ ਨਾਰੋਜ਼ ਖੇਤਰ ਦੇ ਵਿੱਚ ਵਿਖੇ ਦੇਖਣ ਜਾਂਦੇ ਨੇ ਅਤੇ ਉਹੀ ਉਹ ਵੀ ਇਸ ਨੂੰ ਦੇਖਣ ਗਈ ਸੀ। ਉੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਤਿਲ ਗਈ ਅਤੇ ਪਾਣੀ ਦੇ ਵਹਾਅ ਦੇ ਨਾਲ ਨਦੀ ਦੇ ਵਿੱਚ ਡੇਕ ਗਈ ਜਿਸ ਮਗਰੋਂ ਕਾਫੀ ਪਾਲ ਕਰਨ ਤੇ ਬੀਤੇ ਦਿਨ 23 ਅਗਸਤ ਨੂੰ ਉਸ ਦੀ ਲਾਸ਼ ਮਿਲੀ। ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਰੂਸ ਦੇ ਨਵੀਆਂ پابੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਵੈੱਬਸਾਈਟ ਤੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਰੂਸ ਸਰਕਾਰ ਤੇ 62 ਨਜ਼ਦੀਕੀ ਸਹਿਯੋਗਿਆਂ ਤੇ ਇੱਕ ਹੋਰ ਰੱਖਿਆ ਖੇਤਰ ਦੀ ਯੂਨਿਟ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ ਪ੍ਰੈਸ ਰਿਲੀਜ਼ ਦੇ ਅਨੁਸਾਰ ਜਿਹੜੇ ਲੋਕਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਉਹਨਾਂ ਵਿੱਚ ਰੂਸ ਦੇ ਸੰਘੀ ਗਵਰਨਰ ਤੇ ਖੇਤਰੀ ਮੁਖੀ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਮੌਜੂਦਾ ਵਰਤਮਾਨ ਦੇ ਵਿੱਚ ਪ੍ਰਾਪਨਿਤ ਰੱਖਿਆ ਖੇਤਰ ਦੀਆਂ ਸੰਸਥਾਵਾਂ ਤੇ ਸੀਨੀਅਰ ਅਧਿਕਾਰੀ ਸਮੇਤ ਉਚਾਦਿਆਂ ਤੇ ਨਿਯੁਕਤ ਰੂਸੀ ਸਰਕਾਰੀ ਅਧਿਕਾਰੀ ਸ਼ਾਮਲ ਨੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਸੁਰੱਖਿਆ ਖੇਤਰ ਦੇ ਆਧਾਰਿਆਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਨ ਦੇ ਲਈ ਸ਼ਾਂਤੀ ਅਤੇ ਸਥਿਰਤਾ ਸੰਚਾਲਨ ਪ੍ਰੋਗਰਾਮ ਦੁਆਰਾ ਯੂਕਰੇਨ ਦੇ ਵਿੱਚ ਦੋ ਪ੍ਰੋਜੈਕਟਾਂ ਦੇ ਲਈ ਫੰਡ ਅਲਾਟ ਕੀਤੇ ਨੇ ਜਿਸ ਦਿਨ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਸੀ ਮਤਲਬ 24 ਫਰਵਰੀ ਤੋਂ ਕੈਨੇਡਾ ਨੇ ਰੂਸ ਯੂਕਰੇਨ ਅਤੇ ਬੈਲਾਰੂਸ ਦੇ 1300 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਤੇ ਪਾਬੰਦੀਆਂ ਲਗਾਈਆਂ ਹੋਈਆਂ ਨੇ ਸੀਨੀਅਰ ਕਾਲੀਆਗੂ ਵਿਕਰਮ ਸਿੰਘ ਮਜੀਠੀਆ ਪੇਸ਼ੀ ਪੁੱਗਤਣ ਦੇ ਲਈ ਅੱਜ ਇਥੇ ਸਿਵਲ ਹਸ ਅਦਾਲਤ ਜ਼ੀਰਾ ਪਹੁੰਚੇ ਜਿਹੜਾ ਜੋ ਹੈ ਕਿ ਦਸੰਬਰ 2017 ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਵਾਲਾਂ ਵਿੱਚ ਕਾਲੀ ਵਰਕਰਾਂ ਦੀਆਂ ਨਾਮਸਤਰੀਆਂ ਨਜਾਇਜ਼ ਤੌਰ ਤੇ ਖਾਰਜ ਕਰ ਦਿੱਤੇ ਗਏ ਸਨ ਇਸ ਰੋਸ ਵਜੋਂ ਮਜੀਠੀਆ ਸੁਖਵੀਰ ਸਿੰਘ ਬਾਦਲ ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 ਤੇ ਹਰੀਕੇ ਪੱਤਣ ਬੰਗਾਲੀ ਵਾਲਾ ਪੁਲ ਜਾਮ ਕੀਤਾ ਗਿਆ ਸੀ ਇਸ ਸਬੰਧੀ 8 ਦਸੰਬਰ ਨੂੰ ਥਾਣਾ ਮਖੂ ਵਿੱਚ ਸ਼੍ਰੀ ਮਜੀਠਿਆ ਅਤੇ ਸਮੇਤ 49 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੇਸ਼ੀ ਭੁਗਤਣ ਦੇ ਲਈ ਉਹ ਅੱਜ ਇੱਥੇ ਪਹੁੰਚੇ ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਭਾਰਤ ਪੂਸ਼ਣਾਸ਼ੂ ਦੀ ਗ੍ਰਿਫਤਾਰੀ ਸੰਬੰਧੀ ਪੁੱਛੇ ਸਵਾਲ ਪਰ ਮਜੀਠਿਆ ਨੇ ਕਿਹਾ ਕਿ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਟਾਂਗ ਸਹੀ ਨਹੀਂ ਸੀ ਕਾਂਗਰਸ ਦੀ ਪ੍ਰਮੁੱਖ ਨੀਤੀ ਬਣਾਉਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ ਦੀ 28 ਅਗਸਤ ਨੂੰ ਬਾਅਦ ਦੁਪਹਿਰ 3:30 ਵਜੇ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਪਾਰਟੀ ਪ੍ਰਧਾਨ ਦੀ ਚੋਣ ਨਾਲ ਸੰਬੰਧਿਤ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇੜੂ ਗੋਪਾਲ ਨੇ ਦੱਸਿਆ ਕਿ ਇਹ ਮੀਟਿੰਗ ਡਿਜੀਟਲ ਮਾਧਿਅਮ ਰਾਹੀਂ ਹੋਵੇਗੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਦੀ ਪ੍ਰਧਾਨਗੀ ਕਰੇਗੀ ਇਸ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਮੈਡੀਕਲ ਜਾਂਚ ਦੇ ਲਈ ਵਿਦੇਸ਼ ਚ ਰਹਿਣਗੇ ਅਮਰੀਕਾ ਨੂੰ ਵਿੱਤੀ ਸਾਲ 2023 ਦੇ ਲਈ ਸੰਘੀ ਸਰਕਾਰ ਦੁਆਰਾ ਲਾਜ਼ਮੀ 5000 H1B ਵੀਜ਼ਾ ਕੈਂਪ ਤੱਕ ਪਹੁੰਚਣ ਦੇ ਲਈ ਲੋੜਿੰਦੀਆਂ ਪਟੀਸ਼ਨਾਂ ਪ੍ਰਾਪਤ ਹੋਈਆਂ ਨੇ ਇੱਕ ਸੰਘੀ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਜਿਸਿਕਰੋ ਗਿਆ ਹੈ ਕਿ H1B1 ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤੀ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਦੇ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ ਟੈਕਨੋਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਇਸਤੇ ਨਿਰਭਰ ਕਰਦੀਆਂ ਨੇ ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਵੀਜ਼ੇ ਲਈ ਪਹਿਲਾਂ ਹੀ 300 ਤੋਂ ਵੱਧ ਤੋਂ 500 300 ਤੋਂ ਲੈ ਕੇ 500 ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ H1B ਵੀਜ਼ਾ ਪ੍ਰੋਗਰਾਮ ਭਾਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿਚਕਾਰ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕਰ ਵੀਜ਼ਾ ਹੈ ਜਿਵੇਂ ਕਿ ਯੂਐਸ ਕਾਂਗਰਸ ਦੁਆਰਾ ਲਾਜ਼ਮੀ ਕੀਤਾ ਗਿਆ ਹੈ ਕਿ ਅਮਰੀਕਾ ਹਰ ਸਾਲ ਵੱਧ ਤੋਂ ਵੱਧ 65000 H1B ਵੀਜ਼ਾ ਨਿਯਮਤ ਕੈਂਪ ਅਤੇ ਹੋਰ 20000 H1B ਵੀਜ਼ਾ ਯੂਐਸ ਐਡਵਾਂਸ ਡਿਗਰੀ ਸ਼ਾਰਟਸ ਰੇਡੀਆਂ ਜਾਰੀ ਕਰ ਸਕਦਾ ਹੈ ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਮੰਨ ਨੇ ਮੰਗਲਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਾਨੂੰ ਵਿੱਤੀ ਸਾਲ 2023 ਦੇ ਲਈ ਕਾਂਗਰਸ ਦੁਆਰਾ ਲਾਜ਼ਮੀ 8000 H1B ਵੀਜ਼ਾ ਰੈਗੂਲਰ ਕੈਂਪਰ ਤੇ 20000 H1B ਵੀਜ਼ਾ ਯੂਐਸ ਐਡਵਾਂਸ ਡਿਗਰੀ ਸ਼ਾਰਟ ਜਿਸ ਨੂੰ ਮਾਸਟਰ ਕੈਂਪਸ ਉਹ ਜਾਣਿਆ ਜਾਂਦਾ ਹੈ ਤੱਕ ਪਹੁੰਚਣ ਦੇ ਲਈ ਲੋੜਿੰਦੀਆਂ ਪਟੀਸ਼ਨਾਂ ਪ੍ਰਾਪਤ ਹੋਈਆਂ ਨੇ USCIS ਹਰ ਸਾਲ ਜਿਹਆਂ ਸਾਰੀਆਂ ਐਪਲੀਕੇਸ਼ਨਾਂ ਦੀ ਜਾਂਚ ਕਰਦਾ ਹੈ ਇਸਨੇ ਰਜਿਸਟਰਾਂ ਦੇ ਆਨਲਾਈਨ ਖਾਤਿਆਂ ਦੇ ਵਿੱਚ ਗੈਰ ਚੋਣ ਦੀਆਂ ਸੂਚਨਾਵਾਂ ਭੇਜਣਾ ਪੂਰਾ ਕਰ ਲਿਆ ਹੈ ਵਿੱਤੀ ਸਾਲ ਮਤਲਬ ਸਾਲ 2023 H1B ਸੰਖਿਆਤਮਕ ਅਲਾਟਮੈਂਟਾਂ ਦੇ ਰਜਿਸਟ੍ਰੇਸ਼ਨ ਦੀ ਸਥਿਤੀ ਸਹੀ ਢੰਗ ਦੇ ਨਾਲ ਜਮ੍ਹਾਂ ਕੀਤੀ ਗਈ ਸੀ ਹੁਣ ਇਹ ਦਿਖਾਇਆ ਗਿਆ ਕਿ ਜਿਹੜੇ ਉਮੀਦਵਾਰ ਚੁਣੇ ਗਏ ਨੇ ਹਾਲਾਤ ਤੱਕ ਨਹੀਂ ਚੁਣੇਗੇ ਅਤੇ ਜੋ ਇਸ ਰਜਿਸਟ੍ਰੇਸ਼ਨ ਦੇ ਆਧਾਰ ਤੇ H1B ਕੈਂਪ ਪਟੀਸ਼ਨ ਦਾਇਰ ਕਰਨ ਦੇ ਯੋਗ ਨਹੀਂ ਹਨ ਇਸ ਦੌਰਾਨ ਫੈਡਰਲ ਏਜੰਸੀ ਉਹਨਾਂ ਨੂੰ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਜਾਰੀ ਰੱਖੇਗੀ ਜੋ ਕਿ ਕੈਂਪ ਤੋਂ ਮੁਕਤ ਹਨ ਇਸ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ H1B ਕਰਮਚਾਰੀਆਂ ਦੇ ਲਈ ਦਾਇਰ ਪਟੀਸ਼ਨਾਂ ਜਿਨ੍ਹਾਂ ਨੂੰ ਪਹਿਲਾਂ ਕੈਂਪ ਦੇ ਵਿਰੁੱਧ ਗਿਣਿਆ ਗਿਆ ਸੀ ਅਤੇ ਜੋ ਅਜੇ ਵੀ ਆਪਣਾ ਕੈਂਪ ਨੰਬਰ ਬਰਕਰਾਰ ਰੱਖਦੇ ਨੇ ਨੂੰ ਵਿੱਤੀ ਸਾਲ 2023 H1B ਕੈਂਪ ਤੋਂ ਛੋਟ ਦਿੱਤੀ ਜਾਵੇਗੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਇਨਿਸ ਨੂੰ ਸਿਡਨੀ ਦੇ ਵਿੱਚ ਗੈਂਗਸ ਆਫ ਯੂਥ ਕੰਸਰਟ ਵਿੱਚ ਬੀਅਰ ਪਿੰਦੇ ਦੇਖਿਆ ਗਿਆ ਅਤੇ ਇਸ ਮਗਰੋਂ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ। ਸੋਮਵਾਰ ਰਾਤ ਨੂੰ ਪ੍ਰਧਾਨ ਮੰਤਰੀ ਐਂਥਨੀ ਸਿਡਨੀ ਦੇ ਐਨ ਮੋਰ ਥੀਏਟਰ ਵਿੱਚ ਰੌਕ ਬੈਂਡ ਗੈਂਗਸ ਆਫ ਯੂਥ ਦੁਆਰਾ ਹੋਇਆ ਇੱਕ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਬੀਅਰ ਪੀਤੀ। ਆਨਲਾਈਨ ਸਾਂਝੀ ਕੀਤੀ ਗਈ ਵੀਡੀਓ ਫੁਟੇਜ ਦੇ ਵਿੱਚ ਅਲਬਾਇਨਿਸ ਨੂੰ ਉਸਦੇ ਸਾਥੀ ਜਾਰਜੀ ਹੈਡਨ ਅਤੇ ਰੋਜ਼ਗਾਰ ਮੰਤਰੀ ਟੋਨੀ ਵਰਕ ਦੇ ਨਾਲ ਬੈਠੇ ਦੇਖਿਆ ਜਾ ਸਕਦਾ ਹੈ। ਪੀੜ ਦੌਰਾਨ ਵੇਖੇ ਜਾਣ ਅਤੇ ਖੁਸ਼ ਹੋਣ ਤੋਂ ਬਾਅਦ ਅਲਬਾਇਨਸ ਆਪਣੀ ਡਰਿੰਕ ਦਾ ਆਨੰਦ ਲੈਂਦੇ ਨਜ਼ਰ ਆਏ ਇਸ ਦੌਰਾਨ ਉਥੇ ਮੌਜੂਦ ਸਾਥੀ ਹਾਜ਼ਰੀਨ ਨੇ ਤਾੜੀਆਂ ਵਜਾਈਆਂ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਇੱਕ ਮੌਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਖੜੇ ਹੋ ਗਏ ਅਤੇ ਸਮਾਹਰੋ ਦੇ ਵਿੱਚ ਹਿੱਸਾ ਲੈਣ ਵਾਲਿਆਂ ਵੱਲ ਇਸ਼ਾਰਾ ਕਰਕੇ ਉਹਨਾਂ ਲਈ ਤਾੜੀਆਂ ਮਾਰੀਆਂ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿ ਕਿਸੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਬੇਅਰਪਿੰਦੇ ਦੇਖਿਆ ਗਿਆ ਹੋਵੇ ਸਾਬਕਾ ਪ੍ਰਧਾਨ ਮੰਤਰੀ ਬੌਬ ਹਾਕ ਨੇ 1954 ਦੇ ਵਿੱਚ यूके ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਦੌਰਾਨ ਸਿਰਫ 11 ਸਕਿੰਟਾਂ ਦੇ ਵਿੱਚ 1 ਯਾਰਡ ਗਲਾਸ ਬੀਅਰ ਪੀਣ ਤੋਂ ਬਾਅਦ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ ਆਪਣਾ ਨਾਮ ਮਸ਼ਹੂਰ ਕਰਵਾਇਆ ਸੀ ਹਾਕ ਨੇਪਾਲੀ ਬੰਦ ਤੌਰ ਵਿੱਚ ਰਹਿੰਦੇ ਆ ਬੀਅਰ ਛੜ ਦਿੱਤੀ ਸੀ ਪਰ ਆਪਣੀ ਰਿਟਾਇਰਮੈਂਟ ਦੇ ਵਿੱਚ ਉਹਨਾਂ ਨੂੰ ਕੁਝ ਮੌਕਿਆਂ ਤੇ ਟੈਸਟ ਕ੍ਰਿਕਟ ਮੈਚ ਦੇ ਵਿੱਚ ਇੱਕ ਗਲਾਸ ਜਾਂ ਬੀਅਰ ਦਾ ਕੱਪ ਖਿਸਕਾਉਂਦੇ ਹੋਏ ਦੇਖਿਆ ਗਿਆ ਸੀ ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੀ ਫੇਰੀ ਤੋਂ ਬਾਅਦ ਹੁਣ ਅਮਰੀਕਾ ਦੇ ਇੰਡੀਆਨਾ ਰਾਜ ਦੇ ਗਵਰਨਰ ਐਰਿਕ ਹੋਲਕੌਮਬ ਨੇ ਚੀਨ ਦੀਆਂ ਧਮਕੀਆਂ ਨੂੰ ਦਰਕਰਨ ਕਰਦੇ ਹੋਏ ਸੋਮਵਾਰ ਨੂੰ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਮੁਲਾਕਾਤ ਕੀਤੀ ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਅਜੇ ਸੰਬਟ ਹੋ ਰਹੀ ਹੈ ਕਿਉਂਕਿ ਦੋ ਅਮਰੀਕੀ ਨੇਤਾਵਾਂ ਨੇ ਹਾਲੇਚ ਦੋ ਹਾਈ ਪ੍ਰੋਫਾਈਲ ਦੌਰੇ ਕੀਤੇ ਸਨ ਚੀਨ ਨੇ ਇਨ੍ਹਾਂ ਦੌਰਿਆਂ ਦੇ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਚੀਨ ਨੇ ਫੌਜ ਨੇ ਫੌਜੀ ਅਭਿਆਸ ਵੀ ਕੀਤਾ ਸੀ ਹਾਲਕੋਬ ਦੇ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਐਰਿਕ ਹਾਲਕੋਬ 4 ਦਿਨਾਂ ਦੇ ਦੌਰੇ ਤੇ ਐਤਵਾਰ ਸ਼ਾਮ ਤਾਈਵਾਨ ਪਹੁੰਚੇ ਸਨ ਦੱਸ ਦਈਏ ਕਿ ਇਹ ਦੌਰਾ ਆਰਥਿਕ ਆਦਾਨ-ਪ੍ਰਦਾਨ ਤੇ ਧਿਆਨ ਕੇਂਦ੍ਰਿਤ ਕਰੇਗਾ ਖਾਸ ਕਰਕੇ ਸੈਮੀ ਕੰਡਕਟਰਾਂ ਦੇ ਮਾਮਲੇ ਦੇ ਵਿੱਚ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ ਇਸ ਤੋਂ ਬਾਅਦ ਅਮਰੀਕੀ ਕਾਂਗਰਸ ਦਾ ਨਵਾਂ ਫਰਫ ਤਾਈਵਾਨ ਦੇ ਦੌਰੇ ਤੇ ਆਇਆ ਸੀ ਚੀਨ ਸਵੈ ਸ਼ਾਸਨ ਵਾਲੇ ਟਾਪੂ ਨੂੰ ਆਪਣੇ ਖੇਤਰ ਵਿੱਚ ਜੋ ਦਾਵਾ ਕਰਦਾ ਹੈ ਤੇ ਵਿਦੇਸ਼ੀ ਸਰਕਾਰ ਦੇ ਨਾਲ ਕਿਸੇ ਵੀ ਆਦਾਨ-ਪ੍ਰਦਾਨ ਨੂੰ ਆਪਣੇ ਦਾਅਵੇ ਦੀ ਉਲੰਘਣਾ ਵਜੋਂ ਦੇਖਦਾ ਹੈ। Imran Khan ਤੇ ਸਿੱਧੇ ਤੌਰ ਤੇ ਹਮਲਾ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਲੀ ਜ਼ਰਦਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਦੀ ਲਾਲਸਾ ਉਹਨਾਂ ਨੂੰ ਪਾਗਲ ਬਣਾ ਰਹੀ ਹੈ। ਅਤੇ ਨਿਆਂਪਾਲਿਕਾ ਨੂੰ ਇਹ ਦੇਖਣਾ ਹੀ ਚਾਹੀਦਾ ਹੈ ਕਿ ਸੱਤਾ ਦੀ ਲਾਲਸਾ ਰੱਖਣ ਵਾਲਾ ਇੱਕ ਵਿਅਕਤੀ ਕਾਨੂੰਨ ਤੋਂ ਉੱਪਰ ਹੈ। ਉਨਾ ਦੀ ਇਸ ਟਿੱਪਣੀ ਤੋਂ ਦੋ ਦਿਨ ਪਹਿਲਾਂ ਅਧਿਕਾਰੀਆਂ ਨੇ ਖਾਨ ਖਿਲਾਫ ਪਿਛਲੇ ਹਫਤੇ ਇਥੇ ਇੱਕ ਰੈਲੀ ਦੇ ਵਿੱਚ ਪੁਲਿਸ ਨੇ ਆਪਾਲਿਕਾ ਤੇ ਹੋਰ ਸਰਕਾਰੀ ਸੰਸਥਾਨਾਂ ਨੂੰ ਤਮਕਾਉਂਡ ਲੈ ਕੇ ਅਤਵਾਦ ਸਬੰਧੀ ਦੋਸ਼ ਦਰਜ ਕੀਤੇ ਸਨ ਪਾਕਿਸਤਾਨ ਪੀਪਲਸ ਪਾਰਟੀ ਦੇ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਜ਼ਰਦਾਰੀ ਨੇ ਸਿੰਧ ਦੇ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਦੌਰਾਨ ਕਿਹਾ ਕਿ ਸਾਰੇ ਪ੍ਰਾਂਤ ਇਸ ਐਮਰਜੈਂਸੀ ਦੀ ਸਥਿਤੀ 'ਚ ਸਾਡੇ ਵੱਲ ਦੇਖ ਰਹੇ ਨੇ ਪਰ ਇੱਕ ਅਜਿਹਾ ਵਿਅਕਤੀ ਜਿਸ ਦੀ ਸੱਤਾ ਦੀ ਲਾਲਸਾ ਉਸ ਨੂੰ ਹਰ ਬੀਤੇ ਦਿਨ ਪਾਗਲ ਬਣਾ ਰਹੀ ਹੈ ਜੌਨ ਅਖਬਾਰ ਮੁਤਾਬਕ ਕਿ ਤਹਿਰੀਕ ਇਨਸਾਫ ਪਾਰਟੀ ਦੇ ਪ੍ਰਮukh ਦਾ ਨਾਮ ਲੈਬਨਾ ਜ਼ਰਦਾਰੀ ਨੇ ਕਿਹਾ ਕਿ ਇਹ ਵਿਅਕਤੀ ਸੈਨਾ ਪੁਲਿਸ ਅਤੇ ਇੱਕ ਪਹਿਲਾ ਮਹਿਲਾ ਮੈਜਿਸਟ੍ਰੇਟ ਨੂੰ ਕਥਿਤ ਰੂਪ ਦੇ ਨਾਲ ਧਮਕਾ ਰਿਹਾ ਹੈ ਉਨ੍ਹਾਂ ਅਨੁਸਾਰ ਇਹ ਵਿਅਕਤੀ ਪ੍ਰਸ਼ਾਸਨ ਨੂੰ ਉਸ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੰਦਾ ਹੈ ਪੀਪੀਏ ਦੇ ਸੈ ਪ੍ਰਧਾਨ ਨੇ ਕਿਹਾ ਕਿ ਇਹ ਵਿਅਕਤੀ ਪ੍ਰਤੀ ਦਿਨ ਸਾਡੀ ਸੈਨਾ ਨੂੰ ਨਿਸ਼ਾਨੇ ਤੇ ਲੈ ਰਿਹਾ ਹੈ ਜੋ ਅਤਵਾਦੀਆਂ ਤੋਂ ਲੋਹਾ ਲੈ ਰਹੀ ਹੈ ਅਤੇ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਰਹੀ ਹੈ ਜ਼ਰਦਾਰੀ ਦਾ ਬਿਆਨ ਖਾਨ ਦੇ ਹਾਲ ਦੇ ਬਿਆਨਾਂ ਦੀ ਪਿੱਠ ਭੂਮੀ ਦੇ ਵਿੱਚ ਆਇਆ ਹੈ ਖਾਨ ਦੇ ਫੌਜ ਦੀ ਸਥਾਪਨਾ ਨੂੰ ਤੱਠਰਤ ਕਰਾਰ ਦੇ ਕੇ ਉਸ ਦੇ ਬਾਰੇ ਵਿੱਚ ਕੁਝ ਗੱਲਾਂ ਆਖੀਆਂ ਸਨ ਉਨਾਵਾਦੂ ਸੈਸ਼ਨ ਜੱਜਾਂ ਜ਼ੈਬਾ ਚੌਧਰੀ ਦੇ ਬਾਰੇ ਵੀ ਜਬੀ ਕੁਝ ਕਿਹਾ ਸੀ ਜਿਨ੍ਹਾਂ ਨੇ ਉਹਨਾਂ ਦੇ ਪ੍ਰਮੁੱਖ ਕਰਮਚਾਰੀ ਸ਼ਹਿਵਾਜ਼ ਗਿਲ ਨੂੰ اسلام آباد ਪੁਲਿਸ ਦੀ ਹਿਰਾਸਤ ਵਿੱਚ ਭੇਜਿਆ ਸੀ ਜ਼ਰਦਾਰੀ ਨੇ ਸਰਕਾਰ ਤੋਂ ਆਪਣੇ ਅਧਿਕਾਰ ਨੂੰ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਨਹੀਂ ਤਾਂ ਸੰਸਥਾਨਾਂ 'ਤੇ ਹਮਲਾ ਜਾਰੀ ਰਹੇਗਾ ਸ਼ਨੀਵਾਰ ਨੂੰ ਇੱਕ ਰੈਲੀ 'ਚ ਖਾਨ ਨੇ اسلام آباد ਦੇ ਪੁਲਿਸ ਇੰਸਪੈਕਟਰ ਜਨਰਲ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਦੇ ਵਿਰੋਧ ਦੇ ਮਾਮਲੇ ਦਰਜ ਕਰਨ ਦੀ ਧਮਕੀ ਦਿੱਤੀ ਸੀ ਅਤੇ ਕਹਿ ਆ ਸੀ ਕਿ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਉਹਨਾਂ ਨੇ ਨਿਆਂਪਾਲਿਕਾ ਨੂੰ ਉਹਨਾਂ ਦੀ ਪਾਰਟੀ ਦੇ ਪ੍ਰਤੀ ਉਸ ਦੇ ਪੇਦਪਾ ਪੂਰਨ ਰਵੱਈਏ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ ਬਟਾਲਾ ਪੁਲਿਸ ਅਧਿਨ ਪਹੁੰਚੇ ਥਾਣਾ ਕਾਦੀਆਂ ਦੇ ਪਿੰਡ ਨਾਥਾਪੁਰ ਵਿੱਚ ਉਸ ਵੇਲੇ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਜਦੋਂ ਪਿੰਡ ਦੇ ਵਿੱਚ ਦੋ ਧਿਰਾਂ ਦੇ ਵਿੱਚਕਾਰ ਖੂਨੀ ਲੜਾਈ ਹੋ ਗਈ। ਇਸ ਮੌਕੇ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਉੱਤੇ ਜੰਮ ਕੇ ਟਾਂ ਰੋੜੇ ਚਲਾਏ ਗਏ। ਇਸ ਝਗੜੇ ਦੇ ਵਿੱਚ ਦੋਹਾਂ ਧਿਰਾਂ ਦੇ ਕੁਝ ਲੋਕ ਜ਼ਖਮੀ ਵੀ ਹੋ ਗਏ। ਝੜਕ ਦੀ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਦੇ ਵੱਲੋਂ ਝਗੜੇ ਨੂੰ ਰੋਕਦੇ ਹੋਏ ਹਾਲਾਤਾਂ ਉੱਤੇ ਕਾਬੂ ਪਾਇਆ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਲੱਗਦੇ ਹਸਪਤਾਲ ਪੇਚਿਆ ਗਿਆ ਤੇ ਪੁਲਿਸ ਦੇ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਪੀੜਤ ਇੱਕ ਤਰ ਦੇ ਅਮਰਿਤ ਤਾਰੀ ਸਿੰਘ ਬਾਬਾ ਲਾਲੂ ਨਿਹੰਗ ਅਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਦੂਸਰੀ ਤਰ ਦੇ ਲੋਕ ਪਿੰਡ ਵਿੱਚ ਨਸ਼ਾ ਵੇਚਦੇ ਹਨ ਅਤੇ ਬਾਬਾ ਲਾਲੂ ਨਿਹੰਗ ਵੱਲੋਂ ਲਗਾਤਾਰ ਇਹਨਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ ਜਾਂਦਾ ਸੀ ਅਤੇ ਇਹਨਾਂ ਦੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਜਿਸ ਤੋਂ ਦੂਸਰੀ ਉਕਤੇ ਨਾਰਾਜ ਰਹਿੰਦੀ ਹੈ ਅਤੇ ਉਸ ਸੇ ਰੰਜਿਸ਼ ਦਿੰਦਾ ਹੈ ਤਾਂ ਦੂਸਰੀ ਧਿਰ ਨੇ ਬਾਬਾ ਲਾਲ ਨਿਹੰਗੂ ਦੇ ਉਸਤੇ ਪਰਿਵਾਰ ਦੇ ਨਾਲ ਝਗੜਦੇ ਹੋਏ ਉਹਨਾਂ ਤੇ ਹਮਲਾ ਕਰ ਦਿੱਤਾ। ਉਸ ਦੀ ਮਾਰਕੁਟਾਈ ਕੀਤੀ ਗਈ ਅਤੇ ਉਸ ਦੇ ਨਿਹੰਗੀ ਪਾਣੇ ਦੀ ਬੇਅਦਬੀ ਕੀਤੀ ਗਈ ਅਤੇ ਉਸ ਦੀ ਪਤਨੀ ਦੇ ਨਾਲ ਮਾਰਕੁਟਾਈ ਵੀ ਕੀਤੀ ਗਈ। ਇਸ ਝਗੜੇ ਦੌਰਾਨ ਇਟਾਂ ਰੋੜੇ ਵੀ ਚਲਾਏ ਗਏ ਅਤੇ ਨਿਹੰਗ ਆਗੂ ਅਤੇ ਪੀੜਤ ਬਾਬਾ ਲਾਲੂ ਨਿਹੰਗ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਔਰਪੀਆਂ ਤੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਅਗਰ ਇਨਸਾਫ ਨਾ ਮਿਲਿਆ ਤਾਂ ਫਿਰ ਨਿਹੰਗ ਜਥੇਬੰਦੀਆਂ આરોપીਆਂ ਨੂੰ ਖੁਦ ਸੋਤਾ ਲਾਉਣਗੇਾਂ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਉਧਰ ਦੂਸਰੇ ਪਾਸੇ ਦੂਸਰੀ ਧਿਰ ਦੇ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਸੀ ਕਿ ਬਾਬਾ ਲਾਲੂ ਨਿਹੰਗ ਅਤੇ ਪਿੰਡ ਤੇ ਹੀ ਰਹਿਣ ਵਾਲੇ ਪੀੜਤ ਰਾਜੂ ਮਿਸਤਰੀ ਦੇ ਵਿਚਕਾਰ ਝਗੜਾ ਹੋਇਆ ਸੀ ਇਸ ਦੌਰਾਨ ਬਾਬਾ ਲਾਲੂ ਨਿਹੰਗ ਨੇ ਆਪਣੀ ਕਿਰਚ ਨਾਲ ਉਸ ਦੀ ਸਿਰ ਵਿੱਚ ਵਾਰ ਕਰ ਦਿੰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਡੇ ਘਰਾਂ ਉੱਤੇ ਇੱਟਾ ਰੋੜੇ ਵੀ ਚਲਾਏ ਨੇ ਉਥੇ ਹੀ ਦੂਸਰੀ ਧਿਰ ਵੱਲੋਂ ਨਸ਼ਾ ਵੇਚਣ ਨੂੰ ਨਕਾਰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਝਗੜੇ ਦੀ ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਝਗੜਾ ਦੋ ਧਿਰਾਂ ਦਰਮਿਆਨ ਹੋਇਆ ਜਿਸ ਦੌਰਾਨ ਇੱਟਾ ਰੋੜੇ ਵੀ ਚਲਾਏ ਗਏ ਨੇ ਅਤੇ ਦੋਹਾਂ ਧਿਰਾਂ ਦੇ ਕੁਝ ਲੋਕ ਜ਼ਖਮੀ ਵੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚ ਦਿੱਤਾ ਗਿਆ ਅਗੇ ਤਫਤੀਸ਼ ਸ਼ੁਰੂ ਕਰਦੇ ਹੋਏ ਬਿਆਨ ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨ ਮੁਤਾਬਕ ਸਖਤ ਐਕਸ਼ਨ ਲਿਆ ਜਾਵੇਗਾ ਕਾਂਗਰਸ ਨੇ 7 ਸਤੰਬਰ ਤੋਂ ਪ੍ਰਸਤਾਵਿਤ ਆਪਣੀ ਭਾਰਤ ਜੋੜੋ ਯਾਤਰਾ ਦੇ ਨਾਲ ਸਬੰਧਤ ਰੂਟ ਲੋਗੋ ਟੈਗਲਾਈਨ ਵੈੱਬਸਾਈਟ ਅਤੇ ਬੁੱਕਲੇਟ ਮੰਗਲਵਾਰ ਨੂੰ ਜਾਰੀ ਕਰਦਿਆਂ ਕਿਹਾ ਕਿ ਆਰਥਿਕ ਅਸਮਾਨਤਾਵਾਂ ਸਮਾਜਿਕ ਤ੍ਰਿਵਿਕਰਨ ਅਤੇ ਸਿਆਸੀ ਵੰਡੀਆਂ ਦੇ ਮੱਦੇਨਜ਼ਰ ਦੇਸ਼ ਹਿੱਤ ਲਈ ਇਹ ਯਾਤਰਾ ਜ਼ਰੂਰੀ ਹੈ ਪਾਰਟੀ ਨੇ ਇਹ ਵੀ ਕਿਹਾ ਕਿ ਇਸ ਯਾਤਰਾ ਰਾਹੀਂ ਵਿਸ਼ਾਲ ਲੋਕਸਪਰ ਸੰਪਰਕ ਮਹਿੰਮ ਚਲਾਈ ਜਾਵੇਗੀ ਕਾਂਗਰਸ ਦੇ ਆបਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਇੱਕ ਤੇਰਾ ਕਦਮ ਇੱਕ ਮੇਰਾ ਕਦਮ ਕਦਮ ਮਿਲ ਜਾਣ ਤਾਂ ਜੁੜ ਜਾਏ ਆਪਣਾ ਵਤਨ ਆਓ ਇਕੱਠੇ ਮਿਲ ਕੇ ਭਾਰਤ ਜੋੜੀਏ ਭਾਰਤ 30 ਦੇ ਸੀਨੇ ਰਾਗੂ ਦਿਗਵੇਜ ਸਿੰਘ ਅਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਯਾਤਰਾ ਦਾ ਲੋਗੋ ਬੁੱਕਲੇਟ ਅਤੇ ਵੈੱਬਸਾਈਟ ਜਾਰੀ ਕੀਤੀ ਹੈ ਇਸ ਯਾਤਰਾ ਦੀ ਟੈਗਲਾਈਨ ਹੈ ਮਿਲੇ ਕਦਮ ਜੁੜੇ ਵਤਨ ਔਰ ਕਾਂਗਰਸ ਦੀ ਇਹ ਯਾਤਰਾ 7 ਸਤੰਬਰ ਨੂੰ ਤਾਮਿਲਆਡੂ ਦੇ ਕੰਡਿਆਕਮਾਰੀ ਤੋਂ ਸ਼ੁਰੂ ਹੋਵੇਗੀ ਇਹ ਯਾਤਰਾ ਕੇਰਲ ਦੇ ਤ੍ਰਿਵੰਦਰਪੁਰਮ ਤੇ ਕੋਚੀ ਕਰਨਾਟਕਾ ਦੇ ਮੈਸੂਰ ਮਹਾਰਾਸ਼ਟਰਾ ਦੇ ਨਾਦੇੜ ਮੱਧ ਪ੍ਰਦੇਸ਼ ਦੇ ਇੰਦੌਰ ਰਾਜਸਥਾਨ ਦੇ ਕੋਟਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦਿੱਲੀ ਹਰਿਆਣਾ ਤੇ ਅੰਬਾਲਾ ਪੰਜਾਬ ਤੇ ਪਠਾਨਕੋਟ ਅਤੇ ਜੰਮੂ ਤੋਂ ਹੁੰਦੀ ਹੋਈ ਸ਼੍ਰੀਨਗਰ ਵਿਖੇ ਸਮਾਪਤ ਹੋਵੇਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਯਾਨੀ ਕਿ ਰਕਾਪਾ ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਆਪਣੇ ਆਪਣੇ ਮਤ ਪੇਡਾਂ ਨੂੰ ਪਾਸੇ ਰੱਖ ਕੇ 224 ਦੀਆਂ ਲੋਕ ਸਭਾ ਚੋਣਾਂ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਉਹਨਾਂ ਆਵਾਜ਼ੀ ਪਾਰਟੀ ਨਾਲ ਖੜੇ ਹੋਣ ਤੇ ਕਾਂਗਰਸ ਨੂੰ ਵੀ ਇਹ ਛਿੜਕਿਆ ਹੈ ਆਪ ਦਿੱਲੀ ਕਾਬਾਕਾਰੀ ਨੀਤੀ 21 'ਚ ਕਥਿਤ ਬੇਨੀਮੀਆਂ ਨੂੰ ਲੈ ਕੇ ਕੇਂਦਰੀ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰ ਰਹੀ ਹਵ ਪਵਾਰ ਨੇ ਪਾਰਟੀ ਦੀ ਕਟਗਣਤੀ ਇਕਾਈ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਂਗਰਸ ਦਾ ਫਰਜ਼ ਹੈ ਤੁਹਾਡੇ ਅਰਵਿੰਦ ਕੇ ਜੀਵਾਲ ਨਾਲ ਮਤਭੇਦ ਹੋ ਸਕਤੇ ਨੇ ਪਰ ਸਾਡੀ ਅਸਲ ਲੜਾਈ ਭਾਜਪਾ ਦੇ ਨਾਲ ਹੈ ਉਹਨਾਂ ਕਿਹਾ ਕਿ ਇਥੋਂ ਤੱਕ ਕਿ ਐਮਰਜੈਂਸੀ ਦੌਰਾਨ ਵੀ ਸਿਆਸੀ ਦ੍ਰਿਸ਼ਤੇ ਇਹ ਭਾਵਨਾ ਸੀ ਕਿ ਅਗਲੇ 25 ਸਾਲਾਂ ਤੱਕ ਕੋਈ ਬਦਲਾ ਨਹੀਂ ਹੋ ਸਕਦਾ ਪਰ ਲੋਕਾਂ ਨੇ 1977 ਦੇ ਵਿੱਚ ਹੀ ਬਦਲਾ ਦੀ ਸ਼ੁਰੂਆਤ ਕਰ ਦਿੱਤੀ ਸੀ ਬਾਬਾਰ ਨੇ ਕਿਹਾ ਕਿ ਉਹ ਗੈਰ ਭਾਜਪਾ ਪਾਰਟੀਆਂ ਨੂੰ ਇੱਕ ਝੁੱਟ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਉਹਨਾਂ ਨੂੰ ਆਪਣੇ મતਪੇਧਾਂ ਨੂੰ ਪਾਸੇ ਰੱਖ ਕੇ ਇਕੱਠਿਆਂ ਲੜਨਾ ਚਾਹੀਦਾ ਹੈ ਬੀਤੇ ਕੁਝ ਦਿਨਾਂ ਤੋਂ ਡੇਰਾ ਸਤਖੰਡ ਬਲਾਂ ਤੇ ਮੌਜੂਦਾ ਗਦੀ ਨਸ਼ੀ ਸੰਤ ਨਰਿੰਦਰदास ਜੀ ਰਵਿਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਹਿੱਤ ਵਿਦੇਸ਼ ਯਾਤਰਾ ਤੇ ਗਏ ਹੋਏ ਸਨ ਜਾਣਕਾਰੀ ਅਨੁਸਾਰ ਤਕਰੀਬਨ 4-5 ਦਿਨ ਪਹਿਲਾਂ ਸੰਤ ਨਿਰੰਜਨ ਦਾਸ ਜੀ ਇਟਲੀ ਚ ਗਏ ਹੋਏ ਸਨ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਆਪਣੇ ਧਰਮ ਸੰਬੰਧੀ ਧਾਰਮਿਕ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਗਈ। ਜਿੱਥੇ ਉਹਨਾਂ ਨੂੰ ਉਸ ਵਿਅਕਤੀ ਦੇ ਵੱਲੋਂ ਇੱਕ ਮੋਬਾਈਲ ਨੰਬਰ ਤੇ ਗੱਲ ਕਰਨ ਦੀ ਗੱਲ ਵੀ ਆਖੀ ਗਈ ਹੈ। ਜਾਂਚ ਉਪਰੰਤ ਪਤਾ ਲੱਗਾ ਕਿ ਉਹ ਨੰਬਰ ਕਪੂਰਥਾਲਾ ਜੇਲ੍ਹ ਦੇ ਵਿੱਚ ਬੰਦ ਵਿਅਕਤੀ ਦਾ ਹੈ। ਹੁਣ ਸੰਤ ਨਿਰੰਜਨ ਦਾਸ ਜੀ ਸਪੇਨ ਵਿੱਚ ਹਨ ਅਤੇ ਉਸ ਤੋਂ ਬਾਦ ਉਹ ਆਪਣੇ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਲਈ ਫਰਾਂਸ ਜਰਮਨੀ ਅਤੇ ਨੀਦਰਲੈਂਡ ਆਦਿ ਦੇਸ਼ਾਂ ਦੇ ਵਿੱਚ ਜਾਣਗੇ ਡੇਰਾ ਸੱਚਖੰਡ ਬੱਲਾ ਨੂੰ ਸਮਰਪਿਤ ਰਵਿਦਾਸੀਆ ਸਮਾਜ ਦੇ ਨਾਲ ਸੰਬੰਧਿਤ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਸਥਾਵਾਂ ਦੇ ਆਗੂਆਂ ਦੇ ਵੱਲੋਂ ਇੱਕ ਸਾਂਝੇ ਪ੍ਰੈਸ ਨੋਟ ਰਾਹੀਂ ਡੇਰਾ ਸੱਚਖੰਡ ਬੱਲਾ ਦੇ ਮੌਜੂਦਾ ਗਦੀ ਨਿਸ਼ੀ ਸੰਤ ਨਰੰჯਨ ਦਾਸ ਜੀ ਦੀ ਸੁਰੱਖਿਆ ਸਬੰਧੀ ਐਸਐਸਪੀ ਦਿਹਾਤੀ ਨੂੰ ਦਿੱਤਾ ਗਿਆ ਮੰਗ ਪੱਤਰ ਸੰਤ ਨਰਨਜਨ ਦਾਸ ਜੀ ਦੇ ਦੇਸ਼ ਵਿਦੇਸ਼ ਚ ਵੱਧ ਤੋਂ ਵੱਧ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੁਰਜ਼ੋਰ ਮੰਗ ਕੀਤੀ ਗਈ ਹੈ। ਇਸਾਰੇ ਮਾਮਲੇ ਸੰਬੰਧੀ ਐਸਐਸਪੀ ਦਿਹਾਤੀ ਸੌਰੰਦੀਪ ਸਿੰਘ ਨਾਲ ਫੋਨ ਤੇ رابطہ ਕਾਇਮ ਕਰਕੇ ਉਹਨਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਸਥਾਵਾਂ ਦੇ ਵੱਲੋਂ ਸੰਤ ਨਰਨਜਨ ਦਾਸ ਜੀ ਦੀ ਸੁਰੱਖਿਆ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਜਿਸ ਮੋਬਾਈਲ ਫੋਨ ਤੋਂ ਉਹਨਾਂ ਨੂੰ ਤਰਬ ਪ੍ਰਚਾਰ ਨਾ ਕਰਨ ਸੰਬੰਧੀ ਸੰਦੇਸ਼ ਭੇਜਿਆ ਗਿਆ ਸੀ ਉਸ ਦੀ ਬਰੀਕੀ ਦੇ ਨਾਲ ਜਾਂਚ ਹੋ ਰਹੀ ਹੈ ਸਾਰਾ ਮਾਮਲਾ ਉਹਨਾਂ ਦੇ ਧਿਆਨ ਹਿੱਤ ਚ ਹੈ ਕੈਨੇਡੀਅਨ ਵੀਜ਼ਾ ਤੇ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਪ੍ਰਾਪਤਕਰਤਾਵਾਂ ਦੇ ਵਿੱਚੋਂ ਭਾਰਤੀ ਮੋਰੀ ਨੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨ ਐਕਟ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ 2021 ਦੇ ਵਿੱਚ ਕੈਨੇਡਾ ਨੇ 4 ਲੱਖ 5000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਇਨ੍ਹਾਂ ਪ੍ਰਵਾਸੀਆਂ ਦੇ ਵਿੱਚੋਂ ਤਕਰੀਬਨ 1/3 ਭਾਰਤੀ ਮੂਲ ਦੇ ਹਨ ਇਸ ਤੋਂ ਇਲਾਵਾ ਕੈਨੇਡਾ ਨੇ ਪਿਛਲੇ ਸਾਲ ਲਗਭਗ 4 ਲੱਖ 4.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਿਸ ਦੇ ਵਿੱਚੋਂ ਕੁੱਲ 50% ਦੀ ਭਾਰਤੀ ਸਨ ਐਸੇ ਇੱਥੇ 10000 ਤੋਂ ਵੱਧ ਉਹ ਭਾਰਤੀ ਵੀ ਸਨ ਜੋ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਕੈਨੇਡਾ ਚਲੇ ਗਏ ਸਨ ਅਤੇ ਲਗਭਗ 1.3 ਲੱਖ ਨੇ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਦੇ ਤਹਿਤ ਵਰਕ ਪਰਮਨੈਂਟ ਪ੍ਰਾਪਤ ਕੀਤੇ ਸਨ ਭਾਰਤੀਆਂ ਦੀ ਆਮਦ ਤੇ ਉੱਚ ਪੱਧਰ ਨੂੰ ਅੰਤਰਰਾਸ਼ਟਰੀ ਅਤੇ ਕਰੀਏਲੋ ਕੈਨੇਡੀਅਨ ਕਾਰਕਾਂ ਦੇ ਸੁਮੇਲ ਦੁਆਰਾ ਸਮਝਾਇਆ ਜਾ ਸਕਦਾ ਹੈ ਅੰਤਰਰਾਸ਼ਟਰੀ ਤੌਰ ਤੇ ਭਾਰਤ ਦੇ ਵਿੱਚ ਸਿੱਖਿਆ ਭਾਸ਼ਾ ਤੇ ਹੁਨਰ ਕੰਮ ਤੇ ਤਜਰਬੇ ਅਤੇ ਸੈਟਲਮੈਂਟ ਫੰਡਾਂ ਦੇ ਨਾਲ ਇੱਕ ਮੱਧ ਵਰਗ ਦੀ ਆਬਾਦੀ ਵੱਧ ਰਹੀ ਹੈ ਜੋ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈ ਆਰ ਸੀ ਸੀ ਨੂੰ ਵੀਜ਼ਾ ਮਨਜ਼ੂਰ ਕਰਨ ਦੇ ਲਈ ਲੜੇਂਦਾ ਹੈ ਇਹ ਵਿਸ਼ੇਸ਼ ਤੌਰ 'ਤੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਸਾਰੇ ਭਾਰਤੀਆਂ ਦੇ ਲਈ ਮਹੱਤਵਪੂਰਨ ਨੇ ਭਾਵੇਂ ਸਥਾਈ ਨਿਵਾਸੀ ਵਿਦੇਸ਼ੀ ਕਾਮੇ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਇੱਕ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਕਾਕ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਮਾਰਗਾਂ ਦੀ ਘਾਟ ਕਾਰਨ ਹਾਲ ਹੀ ਦੇ ਸਾਲਾਂ ਦੇ ਵਿੱਚ ਸਥਾਈ ਨਿਵਾਸ ਲਈ ਕੈਨੇਡਾ ਜਾਣ ਵਾਲੇ ਭਾਰਤੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਕੈਨੇਡਾ ਨੇ ਤੌਰ ਤੇ ਕੈਨੇਡਾ ਨੇ ਕਈ ਤਰ੍ਹਾਂ ਦੀ ਪ੍ਰਮੁੱਖ ਇਮੀਗ੍ਰੇਸ਼ਨ ਨੀਤੀਆਂ ਤਬਦੀਲ ਕੀਤੀਆਂ ਨੇ ਜੋ ਭਾਰਤੀ ਪ੍ਰਤਿਭਾ ਦੇ ਲਈ ਬਹੁਤ ਲਾਭਦਾਇਕ ਹਨ ਜਿਵੇਂ ਕਿ ਕੈਨੇਡਾ ਮਹਾਮਾਰੀ ਦੌਰਾਨ ਮਜ਼ਦੂਰਾਂ ਦੀ ਘਾਟ ਤੋਂ ਉਭਰਨ ਉਭਰਨਾ ਜਾਰੀ ਰੱਖਦਾ ਹੈ ਦੇਸ਼ ਇਸ ਘਾਟ ਨੂੰ ਪਰਨ ਦੇ ਲਈ ਪ੍ਰਵਾਸੀਆਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕੈਨੇਡੀਅਨ ਸਰਕਾਰ ਦੀ ਸਭ ਤੋਂ ਤਾਜ਼ਾ ਇਮੀਗ੍ਰੇਸ਼ਨ ਪਦਰੀ ਯੋਜਨਾ 2022 ਅਤੇ 2024 ਦੇ ਵਿਚਕਾਰ 10 ਲੱਖ ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦੀ ਆਮਦ ਦਾ ਟੀਚਾ ਹੈ ਜਿਸ ਜਿਸ ਵਿੱਚ ਸਾਲਾਨਾ 4 ਲੱਖ 30 ਹਜ਼ਾਰ ਤੋਂ ਵੱਧ ਨਵੇਂ ਲੋਕ ਦਾਖਲ ਹੋ ਸਕਣਗੇ ਐਕਸਪ੍ਰੈਸ ਐਂਟਰੀ ਕੈਨੇਡਾ ਦਾ ਸਭ ਤੋਂ ਪ੍ਰਸਿੱਧ ਇਮੀਗ੍ਰੇਸ਼ਨ ਮਾਰਗ ਹੈ ਇੱਕ ਆਨਲਾਈਨ ਸਿਸਟਮ ਹੈ ਜੋ ਤਿੰਨ ਪ੍ਰੋਗਰਾਮਾਂ ਦੇ ਲਈ ਐਪਲੀਕੇਸ਼ਨ ਦਾ ਪ੍ਰਬੰਧ ਕਰਦਾ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਐਂਡ ਫੈਡਰਲ ਹੁਨਰਮੰਦ ਵਪਾਰ ਪ੍ਰੋਗਰਾਮ ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਵਿੱਚ हिस्सा ਲੈਣ ਵਾਲੇ ਪ੍ਰੋਵਿੰਸਾਂ ਤੇ ਪ੍ਰਦੇਸ਼ਾਂ ਨੂੰ ਵੀ ਹਰ ਸਾਲ ਆਰਥਿਕ ਪ੍ਰਵਾਸੀਆਂ ਦੀ ਇੱਕ ਨਿਰਧਾਰਤ ਸੰਖਿਆ ਦੀ ਚੋਣ ਕਰਨ ਅਤੇ ਉਹਨਾਂ ਨੂੰ ਸਥਾਈ ਨਿਵਾਸੀ ਦੇ ਲਈ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦੇ ਹਨ ਵਿਦਿਆਰਥੀਆਂ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਰਗੇ ਪ੍ਰੋਗਰਾਮ ਕਰਕੇ ਕੈਨੇਡਾ ਦੇ ਵਿੱਚ ਕੈਂਪਸ ਵੱਲ ਵਧ ਰਹੇ ਨੇ ਜੋ ਉਹਨਾਂ ਨੂੰ ਨੌਕਰੀਆਂ ਦੇ ਲਈ ਗ੍ਰੈਜੂਏਸ਼ਨ ਤੋਂ ਬਾਅਦ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਨੇ ਇਸੇ ਹੁਣ ਤੱਕ ਦੀਆਂ ਖਬਰਾਂ ਤੁਸੀਂ ਦੇਖਦੇ ਰਹੋ ਪੰਜਾਬੀ ਯੂਐਸਟੀਵੀ ਮੈਨੂ ਦਿਵਾਕਿਆ ਸਤਿ ਸ਼੍ਰੀ ਅਕਾਲ